ਪੂਰੇ ਰਸੇ ਰੁਸੇ ਆ ਵੀ ਭਾਵਾਂ ਪਾ ਦਿਓ, ਮੋਟਾ ਹੈ ਸਵਾਰ ਕੇ, ਇਹ ਵੀ ਪਾ ਦੇ ਹੁੱਕ ਨਾ ਹੁੱਕ ਬਾਈ ਨਾਲ ਆਏ ਆ ਤਾਂ ਇਹਨਾਂ ਨਾਲ ਬਾਈ ਨਾਲ ਅਤੇ ਆਪਾਂ ਕਿਵੇਂ ਨਾਲ ਯਾਰ ਦੋਸਤ ਆ ਤੁਹਾਡਾ ਅਤੇ ਕਿਹੜਾ ਪਿੰਡ ਕਿਹੜਾ ਬਾਈ ਦਾ ਮੋਨਾ ਅਤੇ ਤਹਿਸੀਲ ਜ਼ਿਲ੍ਹਾ ਤਹਿਸੀਲ ਜ਼ਿਲ੍ਹਾ ਮੋਗਾ ਅਤੇ ਬਾਈ ਅਮੈਰੀਕਾ ਉੱਥੇ ਅੱਛਾ ਅਤੇ ਆਪਣਾ ਅੱਛਾ ਸ਼ੌਂਕ ਨਾਲ ਵਾਹੀ ਵੂਹੀ ਕਰਦੇ ਆ ਅੱਛਾ ਵੈਸੇ ਸ਼ੌਂਕ ਨਾਲ ਹੀ ਬਾਈ ਲੈ ਕੇ ਚੱਲਿਆ ਅਤੇ ਉਹ ਗੱਡੀ ਕਰਾ ਕੇ ਲਿਆਏ 407 ਕੱਲ੍ਹ ਦੇ ਅਤੇ ਬਾਈ ਕਹਿੰਦੇ ਲਾਦੇ ਮੈਂ ਵੀ ਦੋਸਤੋ ਟਰੈਕਟਰ ਫੋਰਡ ਚੱਲਿਆ ਆਪਣੇ ਘਰ ਜਿੱਥੇ ਦਾਣਾ ਪਾਣੀ ਲਿਖਿਆ ਸੀ ਇਹਨੇ ਜਿੰਨਾ ਚਿਰ ਆਪਣੇ ਕੋਲ ਰਿਹਾ ਬਹੁਤ ਕਰਮ ਵਾਲਾ ਟਰੈਕਟਰ ਸੀਗਾ ਅਤੇ ਭਰਾ ਅੱਗੇ ਵੀ ਜਿਹਦੇ ਕੋਲ ਜਾ ਚੱਲਿਆ ਅਤੇ ਉਹਦੇ ਭਰਾ ਲੈਣਾ ਕਰੇ ਉਹਨੂੰ ਵਾਧਾ ਕਰੇ ਚੀਜ਼ ਬੜੇ ਸ਼ੌਂਕ ਨਾਲ ਭਰਾ NRI ਭਰਾ ਜਿਨ੍ਹਾਂ ਨੇ ਲਿਆ ਟਰੈਕਟਰ ਮੋਗੇ ਤੋਂ ਅਤੇ ਬਾਈ USA ਆ ਜਿੱਥੋਂ ਬਾਈ ਇੱਥੇ ਪਿੰਡ ਮੋਗੇ ਲਾਗੇ ਆ ਤਹਿਸੀਲ ਜ਼ਿਲ੍ਹਾ ਮੋਗਾ ਹੀ ਆ ਅਤੇ ਬਾਈ ਆਉਂਦੇ ਇੱਥੇ ਗਏ ਆ ਮਨੀ ਐਕਸਚੇਂਜ ਦੇ ਆਉਂਦੇ ਆ ਬਾਈ ਨਾਲ ਮਿਲਾਉਂਦੇ ਆ ਟਰੈਕਟਰ ਆਹ ਲਿਆ ਇਹਨਾਂ ਨੇ ਹੁਣ ਲੋਡ ਹੋ ਕੇ ਟਰੈਕਟਰ 407 ਗੱਡੀ 'ਚ ਲੈ ਜਾਣਾ ਇਹਨਾਂ ਨੇ ਆਉਂਦੇ ਆ ਬਾਈ ਮਿਲਾਉਂਦੇ ਆ ਤੁਹਾਨੂੰ ਟਰੈਕਟਰ ਬਹੁਤ ਚਿਰ ਰਿਹਾ ਆਪਣੇ ਕੋਲ ਬਹੁਤ ਰੀਝਾਂ ਲਾਈਆਂ ਆਪਾਂ ਵੀ ਟਰੈਕਟਰ ਨਾਲ ਬਹੁਤ ਰੀਝ ਨਾਲ ਤਿਆਰ ਕਰਿਆ ਸੀਗਾ ਅਤੇ ਕਹਿੰਦੇ ਹੁੰਦੇ ਵੀ ਚਲੋ ਜਿੰਨਾ ਚਿਰ ਆਪਣੇ ਕੋਲ ਦਾਣਾ ਪਾਣੀ ਲਿਖਿਆ ਸੀ ਤਾਂ ਆਪਣੇ ਕੋਲ ਹੋ ਗਿਆ ਅਤੇ ਬਾਕੀ ਅੱਗੇ ਵੀ ਭਰਾ ਨੂੰ ਵਾਧਾ ਕਰਿਆ ਚੀਜ਼ ਹਾਂ ਟਰੈਕਟਰ ਦੀ ਮੋਡੀਫਿਕੇਸ਼ਨ ਤੁਹਾਨੂੰ ਦੱਸ ਦਿੰਦਾ ਬਾਈ ਸਾਰਾ ਸਮਾਨ ਜਿਨ੍ਹਾਂ ਨੇ ਖਰਚਾ ਕਰਨਾ ਹੁੰਦਾ ਇਹ ਵੀ ਰਹਿਣ ਦੇ ਲੱਗੀ ਆ ਹੋਰ ਖੋਲ੍ਹ ਲਈ ਨਾ ਇਹ ਵੀ ਲੱਗੀ ਰਹਿਣ ਦੇ ਇਹ ਉੱਥੇ ਬਦਲ ਲਿਓ ਨਾ ਹੋਰ ਖੋਲ੍ਹ ਲਓ ਇਹਨੂੰ ਲੱਗੀ ਰਹਿਣ ਦੇ ਉੱਥੇ ਬਦਲ ਉਹ ਮੁੰਡੇ ਨੂੰ ਕਹਿ ਨਾਲ ਲੱਗਦਾ ਤੇਰੇ ਖਰਚਾ ਤੁਹਾਨੂੰ ਸਾਰਾ ਕਢਾ ਦਿੰਦਾ ਜਿਵੇਂ ਆਪਾਂ ਟਰੈਕਟਰ ਕੋਈ ਵੀ ਸਾਦਾ ਲੈ ਲੈਂਦੇ ਹਾਂ 4,90,000 ਐਂ ਟਰੈਕਟਰ ਗੋਲ ਟਾਇਰਾਂ 'ਚ ਟਰੈਕਟਰ ਮਿਲਣੇ ਸ਼ੁਰੂ ਹੋ ਜਾਂਦੇ ਆ ਉਦੋਂ ਬਾਅਦ ਸਮਝ ਲਓ ਤੁਸੀਂ ਸਭ ਤੋਂ ਪਹਿਲਾਂ ਕੰਮ ਆ ਇੰਜਣ ਓਵਰਹਾਲ ਦਾ ਖਰਚਾ ਤੁਸੀਂ ਗਿਣ ਲਓ ਕੋਈ 40 ਗਿਣਦਾ ਕੋਈ 50 ਗਿਣਦਾ ਕਿਉਂ ਕਿਸੇ ਦਾ ਪੰਪ 10,000 ਕਰਾਉਂਦਾ ਕੋਈ 20,000 'ਚ ਪੰਪ ਕਰਾਉਂਦਾ ਅੰਦਾਜ਼ਾ ਜਾਂ 50,000 ਰੁਪਈਆ ਤੁਸੀਂ ਇੰਜਣ ਦਾ ਖਰਚਾ ਗਿਣ ਲਓ ਇਹਦਾ ਅਤੇ 50,000 ਰੁਪਈਆ ਲੱਗ ਜਾਂਦਾ ਬਾਈ ਜੀ ਪਾਵਰ ਦੇ ਹਿੱਸੇ ਦੇ ਜਿਵੇਂ T20 ਦਾ ਪਾਵਰ ਸਟੇਅਰਿੰਗ ਆਪਾਂ ਕਰਿਆ ਹਿੱਸਾ ਲਾਇਆ ਅਸੀਂ ਵੀ ਰੋਜ਼ ਵੇਚਦੇ ਹਾਂ ਸਮਾਨ 50,000 ਰੁਪਈਆ ਪਾਵਰ ਦੇ ਹਿੱਸੇ ਦੇ ਲੱਗਦਾ ਹਾਲੇ ਉੱਪਰਲੀ ਮੋਡੀਫਿਕੇਸ਼ਨ ਹੀ ਤੁਹਾਨੂੰ ਮੇਨ ਪਾਰਟਸ ਦੱਸਣ ਦੇ ਆ ਇਹਦੇ ਦੂਜਾ ਨੰਬਰ 8-9,000 ਤੋਂ 10,000 ਦੇ ਕਰੀਬ ਤੁਸੀਂ ਆ ਕਿੱਟ ਲਾ ਲਓ 8-10 ਦੇ ਵਿੱਚ ਇਹਦੇ 'ਤੇ ਲੱਗ ਜਾਂਦਾ ਕਿੱਟ ਦਾ ਪੈਰਦਾਨਾਂ ਦੀ ਕਿੱਟ ਦਾ ਹਾਲੇ ਟਾਇਰ ਬਾਹਰ ਰਹਿ ਗਏ ਸ਼ੋਅ ਮਰਗਾਡ ਹਾਲੇ ਤੁਹਾਨੂੰ ਸਾਰਾ ਇਕੱਲਾ ਦੱਸਦਾ 20,000 ਤੋਂ ਸਟਾਰਟ ਹੋ ਜਾਂਦੀਆਂ ਟਿਊਬਾਂ ਇਹਦੀਆਂ ਜਿਹੜੀਆਂ ਆਪਣੀਆਂ ਟਿਊਬਾਂ ਕਹਿ ਦਿੰਦੇ ਹਾਂ ਆਪਾਂ ਬ੍ਰੇਕਾਂ ਕਹਿ ਦਿੰਦੇ ਇਹਨਾਂ ਨੂੰ ਠੀਕ ਆ ਜੀ ਇਹ ਗਿਣ ਲਓ 10,000 ਰੁਪਏ ਦੇ ਵਿੱਚ ਤੁਸੀਂ ਲਾ ਲਓ ਲਿੰਕਾਂ ਜੈੱਕ ਹੁੱਕ ਵਗੈਰਾ ਆਹ ਚੀਜ਼ ਆ ਅਤੇ 15,000 ਦੇ ਕਰੀਬ ਪੇਟੀ ਬੰਦ ਮਰਗਾੜਾਂ ਦਾ ਜਿਹੜਾ ਖਰਚਾ ਆ ਜਾਂਦਾ ਜੇ ਮਰਗਾੜ ਆਪਾਂ ਕਲਾਸੀ ਵਗੈਰਾ ਦੇ ਲਾਉਂਦੇ ਹਾਂ ਤਾਂ ਦੂਜੇ ਵੀ ਇਸ ਤੋਂ ਘੱਟ ਨਹੀਂ ਹੈਗੇ ਜੇ ਸਿੰਪਲ 60 ਵਾਲੇ ਵੀ ਆਪਾਂ ਲੈਂਦੇ ਹਾਂ ਅਤੇ ਉਹ ਵੀ ਇੰਨਾ ਰੇਟ ਉਹਨਾਂ ਦਾ ਵੀ ਆ ਜਾਂਦਾ ਅਤੇ ਉਹ ਤੋਂ ਬਾਅਦ ਆ ਜਾਂਦੀ ਹੈ ਸ਼ੋਅ 10,000 ਦੇ ਕਰੀਬ ਤੁਸੀਂ ਸ਼ੋਅ ਦਾ ਖਰਚਾ ਲਾ ਲਓ ਜੇ ਆਪਾਂ ਪੱਲੇ ਵਗੈਰਾ ਨਵੇਂ ਲਾਉਂਦੇ ਹਾਂ 7-8,000 ਦੇ ਕਰੀਬ ਬੰਪਰ ਹੁੰਦਾ ਜਿਹੜਾ 100 ਰੁਪਏ KG ਜਾਂ 60-70 ਕਿਲੋ ਜਿੰਨਾ ਕਿਸੇ ਨੇ ਲਾਉਣਾ ਆਪਣੇ ਟਰੈਕਟਰ ਦੇ ਨਾਲ ਆਪਾਂ ਵੇਟ ਵੀ ਲੱਗਾ ਹੀ ਸੀਗਾ ਨਾਲ ਉਹ ਵੀ ਨਹੀਂ ਸੀ ਲਾਇਆ 7-8,000 ਦੇ ਕਰੀਬ ਇਹ ਵੇਟ ਹੁੰਦਾ ਅੱਗੇ ਜਿਹੜਾ ਇੱਟ ਕਹਿ ਦਿੰਦੇ ਵੇਟ ਵਾਲੀ ਠੀਕ ਹੈ ਜੀ ਬਾਕੀ ਜੇ ਲਿਫਟ ਦਾ ਕੰਮ ਕਰੀਏ ਕਈ ਭਰਾ ਪਿਛਲਾ ਹਿੱਸਾ ਚੇਂਜ ਕਰਦੇ ਆ 1-1.5 ਲੱਖ ਰੁਪਈਆ ਹੋਰ ਵੱਧ ਜਾਂਦਾ ਖਰਚਾ ਜੇ ਇੱਥੋਂ ਪਿਛਲਾ ਹਿੱਸਾ ਇਹਤੋਂ ਪਿੱਛੇ ਬਦਲੀਏ ਤੇਲ ਬਰੇਕਾਂ ਵਗੈਰਾ ਕਰਾਈਏ ਆਪਾਂ ਇਹਦੀ ਆਪਣੀ ਜਿਹੜੀ ਸੀਟ ਟਰੈਕਟਰ ਦੇ ਲੱਗੀ ਸੀ ਲਾ ਲਓ 10,000 ਦੇ ਵਿੱਚ ਅਸੀਂ ਇਹਨੂੰ ਕੋਸਟ ਗਿਣੀ ਸੀ ਵੈਸੇ ਸੀਟ ਮਹਿੰਗੀ ਆ ਚਲੋ ਆਪਣੇ ਕੋਲ ਆਪ
ਪ੍ਰੈਜੈਂਟ ਪਈ ਸੀ ਆਪਾਂ 10,000 ਰੁਪਈਆ ਸੀਟ ਦਾ ਖਰਚਾ ਇਹਦੇ 'ਚ ਗਿਣਿਆ ਸੀਗਾ। ਬਾਕੀ ਸਿਸਟਮ ਆਪਣੀ ਮਰਜ਼ੀ ਆ, ਲੱਖ ਲੱਖ ਰੁਪਏ ਤੱਕ ਦੇ ਪਏ ਆ ਅਤੇ 40,000 ਰੁਪਏ ਦਾ ਆਪਣੇ ਟਰੈਕਟਰ ਨੂੰ ਸਿਸਟਮ ਲੱਗਿਆ ਸੀ ਇਹਨੂੰ। ਅਤੇ ਛਤਰੀ, ਫਾਈਬਰ ਛਤਰੀ ਇੱਥੇ ਸਾਡੇ 10,000 ਰੁਪਏ ਦੀ 8, 10, 9 ਅਲੱਗ ਅਲੱਗ ਰੇਟ ਆ। ਇਕੱਲੀ ਛਤਰੀ ਅਸੈਸਰੀ ਤੋਂ ਬਿਨਾਂ ਇੰਨੇ ਕੁ ਦੀ ਛਤਰੀ ਮਿਲ ਜਾਂਦੀ ਆ। ਅਤੇ ਹੋਰ ਮੋਟਾ ਮੋਟਾ ਤੁਹਾਨੂੰ ਕਿਹੜਾ ਹੀ ਚੀਜ਼ ਰਹਿ ਗਈ ਗਿਣਨ ਵਾਲੀ, ਇੰਜਣ ਦਾ ਖਰਚਾ ਤੁਹਾਨੂੰ ਦੱਸਤਾ, ਪਾਵਰ ਹਿੱਸੇ ਦਾ ਦੱਸਤਾ। ਅੱਛਾ, ਟਾਇਰ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਾਰਿਆਂ ਨੂੰ ਵੀ ਟਾਇਰਾਂ ਦੇ ਰੇਟ ਕੀ ਆ। 15-20,000 ਰੁਪਏ ਦੇ ਵਿੱਚ ਤੁਸੀਂ ਰਿੰਮ ਲਾ ਲਓ, 4 ਰਿੰਮ ਲਾਈਏ 10,000 ਦੇ ਤਾਂ ਅਗਲੇ ਰਿੰਮ ਹੀ ਆ, ਜਿਵੇਂ 1,020 ਵਗੈਰਾ ਦੇ, ਅਤੇ 10-15,000 ਦੇ ਵਿੱਚ ਆ ਪਿਛਲੇ ਰਿੰਮ ਆ, ਜਿਵੇਂ ਪੁਰਾਣੇ ਕੱਟ ਕੁੱਟ ਕੇ ਆਪਣੇ ਲੱਗ ਜਾਂਦੇ ਆ। ਫਿਰ ਆ ਬੈਟਰੀ ਬਕਸਾ ਆ ਗਿਆ, ਠੀਕ ਆ ਜੀ, ਕਾਫੀ ਚੀਜ਼ਾਂ ਆ ਜਾਂਦੀਆਂ। 3500 ਦੇ ਅਸੀਂ ਆ ਹੈਡ ਲੈਂਪ ਇਹਨੂੰ ਓਰੀਜਨਲ ਹਾਈਲੈਕਸ ਦੇ ਜਿਹੜੇ ਲੱਗੇ ਹੋਏ ਆ, 3500-4,000 ਦੇ ਕਰੀਬ ਜਿਹੜੇ ਆ ਇੰਡੀਕੇਟਰ ਓਰੀਜਨਲ ਲਾਈਏ ਜੀ ਹਾਈਲੈਕਸ ਵਗੈਰਾ ਦੇ। ਅਤੇ ਉਹ ਤੋਂ ਬਾਅਦ ਆ ਬਾਈ ਜੀ ਤੁਹਾਡਾ ਵਾਇਰਿੰਗ ਦਾ ਖਰਚਾ ਗਿਣ ਲਓ ਤੁਸੀਂ, ਠੀਕ ਆ। ਵਾਇਰਿੰਗ ਬਣੀ ਬਣਾਈ ਮਿਲ ਜਾਂਦੀ ਆ, ਕੋਈ ਬਣਾ ਕੇ ਪਾਉਂਦੇ ਆ, ਉਹ ਆਪਣਾ ਹਿਸਾਬ ਲਾ ਲਓ। ਫਿਰ ਇਹ ਤੋਂ ਬਾਅਦ ਆ ਬਾਈ ਜੀ ਫਿਟਿੰਗ ਜਿਹੜੀ ਆ ਗਈ, ਲੇਬਰ ਤੁਸੀਂ ਗਿਣੋ ਆਪਣੀ। ਲੇਬਰ ਅੱਜ ਕੱਲ੍ਹ ਬਹੁਤ ਮਹਿੰਗੀ ਆ, ਲੇਬਰ ਸਾਰੇ ਟਰੈਕਟਰ 'ਤੇ 50,000 ਰੁਪਇਆ ਗਿਣ ਲਓ। ਸਾਡੇ ਟਰੈਕਟਰ ਨੂੰ ਟੂਕੇ ਪੇਂਟ ਹੋਇਆ ਸੀ, 50,000 ਰੁਪਏ ਦੇ ਕਰੀਬ ਟੂਕੇ ਪੇਂਟ ਦਾ ਜਿਹੜਾ ਖਰਚਾ, ਉਹ ਵੀ ਪੇਂਟ ਦਾ ਸਾਡਾ ਵਾਕਫ ਸੀਗਾ, ਪੇਂਟਰ ਆਪਣਾ ਘਰ ਵਾਲਾ ਸਰਕਲ ਸੀਗਾ, ਅਤੇ ਤਾਂ ਇੰਨਾ ਖਰਚਾ ਇਹਨਾਂ, ਨਹੀਂ ਤਾਂ ਪੇਂਟ ਬਹੁਤ ਲੱਖ ਲੱਖ ਰੁਪਈਆ ਪੇਂਟਾਂ ਦਾ ਲੱਗ ਜਾਂਦਾ। ਹਾਲਾਂਕਿ ਇਹਦੇ 'ਚ ਪੇਂਟ ਕੰਪਨੀ ਦੇ ਹੀ ਪੇਂਟ ਸੀਗੇ, ਭੱਠੀ ਪੇਂਟ ਸੀਗਾ, ਤਾਂ ਪੇਂਟ ਪ੍ਰਕਾੜਾਂ ਦਾ ਖਰਚਾ ਬਚ ਗਿਆ, ਬਾਡੀ ਦਾ ਖਰਚਾ ਅਤੇ ਰਿੰਮਾਂ ਦਾ ਖਰਚਾ ਆਇਆ, ਜਿਵੇਂ ਸਾਡੇ ਆਹ ਚੀਜ਼ ਦਾ ਮਰਗਾੜਾ ਵਗੈਰਾ ਦਾ ਖਰਚਾ ਘੱਟ ਜਾਂਦਾ ਵਿੱਚ, ਉਹੀ ਪੇਂਟ ਦਾ ਤੁਹਾਡੇ ਪੈਸੇ ਘੱਟ ਵੱਧ ਜਿਵੇਂ ਇਹਦੇ ਵਿੱਚ ਲੱਗ ਜਾਂਦੇ ਆ। ਫਿਰ ਰੇਡੀਏਟਰ ਜੇ ਚੇਂਜ ਕਰਨਾ ਪੈ ਗਿਆ, ਰੇਡੀਏਟਰ ਦਾ ਖਰਚਾ ਹੋ ਗਿਆ। ਇਹ ਟਰੈਕਟਰ ਮੈਂ ਚਲਾਇਆ ਬੜਾ, ਪਿੱਛੇ ਪਾਣੀ ਪੂਣੀ ਆਇਆ ਸੀ ਇਹਨਾਂ ਸਾਲਾਂ, ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ, ਅਤੇ ਮੈਂ ਬਹੁਤ ਪਾਣੀ ਦੇ ਵਿੱਚ ਵੀ ਟਰੈਕਟਰ ਚਲਾਇਆ ਇਹ, ਅਤੇ ਸੇਵਾ ਹੀ ਬਹੁਤ ਟਰੈਕਟਰ ਨੇ ਕਰੀ ਆਪਣੇ ਵਾਸਤੇ। ਬਹੁਤ ਕਰਮ ਵਾਲਾ ਟਰੈਕਟਰ ਨਿਕਲਿਆ, ਬਹੁਤ ਕਰਮ ਵਾਲਾ ਲੋਹਾ ਨਿਕਲਿਆ, ਅਤੇ ਆਪਣਾ ਇਸ ਟਰੈਕਟਰ ਨੇ ਕੰਮ ਵੀ ਬਹੁਤ ਸਾਰਿਆ ਤਾਂ ਕੰਮ ਦਿੱਤਾ ਹੀ ਬੜਾ। ਅਤੇ ਪਰਮਾਤਮਾ ਜਿਹੜਾ ਵੀਰ ਲੈ ਕੇ ਚੱਲਿਆ, NRI ਭਰਾ ਵਾ ਆਪਾਂ ਤਾਂ ਇਹੀ ਕਹਿੰਦੇ ਹਾਂ, NRI ਭਰਾਵਾਂ ਨਾਲ ਆਪਣਾ ਬਹੁਤ ਰਾਬਤਾ ਬਣਿਆ, ਬਹੁਤ ਵਿਸ਼ਵਾਸ ਕਰਦੇ ਭਰਾ, ਅਤੇ ਐਂ ਕਹਿੰਦਾ ਸਕੇ ਭਰਾਵਾਂ ਨਾਲ ਵੱਧ ਇਤਬਾਰ ਕਰਦੇ ਆ, ਤਾਂ ਇਸ ਤਰ੍ਹਾਂ ਇਤਬਾਰ ਬਣਿਆ ਰਹੇ। ਅਤੇ ਕੋਈ ਹੋਰ ਜਾਣਕਾਰੀ ਹੋਈ ਤੁਹਾਨੂੰ ਉਹ ਵੀ ਦੱਸਾਂਗੇ। ਬਾਕੀ ਲੱਦਦੇ ਦੀ ਵੀਡੀਓ ਤੁਹਾਨੂੰ ਪਾਉਂਦੇ ਹਾਂ, 407 ਕੈਂਟਰ ਖੜ੍ਹਾ ਹੋਇਆ ਇਹਨਾਂ ਦਾ ਆਇਆ, ਅਤੇ ਬਾਈ ਪੈਸੇ ਕਢਾਉਣ ਗਏ ਆਉਂਦੇ ਆ, ਤਾਂ ਫਿਰ ਲੱਦ ਗਏ ਟਰੈਕਟਰ, ਤੁਹਾਨੂੰ ਵੀਡੀਓ ਕੰਪਲੀਟ ਕਰ ਦਾਂਗੇ ਦੋਸਤੋ, ਧੰਨਵਾਦ ਜੀ। ਆਹ ਭਾਅ ਜੀ ਹੁਣ ਟਰੈਕਟਰ ਦਿੱਤਾ ਅਤੇ ਹੁਣ ਲੱਦਣ ਦੇ ਆ, ਉਹ ਟਰੈਕਟਰ ਕੰਟੇਨਰ ਲੈ ਆ ਸਾਹਮਣੇ ਕੈਂਟਰ ਤੇ। ਆਪਣਾ ਨਾਮ ਦੱਸੋ ਪਹਿਲਾਂ? ਬਾਲ ਸਿੰਘ ਜੀ। ਅਤੇ ਹੁਣ ਤੁਸੀਂ USA ਹੁੰਦੇ ਆ? ਹਾਂਜੀ USA। ਕਿਹੜੇ ਸ਼ਹਿਰ ਜੀ ਉੱਥੇ? ਬੇਕਰਫੀਲਡ। ਅੱਛਾ, ਪੂਰਾ ਕੱਲ ਨੂੰ ਪਤਾ ਲੱਗ ਜਾਂਦਾ ਨਾ ਅਗਲਾ ਕਹਿੰਦਾ ਬੇਕਰਫੀਲਡ। ਅੱਛਾ, ਆਏ ਸਾਲ ਉਹਨੇ ਤੁਸੀਂ? ਹਾਂਜੀ ਆਏ ਸਾਲ। ਤੇ ਕਿਵੇਂ ਲੱਗਿਆ ਟਰੈਕਟਰ? ਵੀਡੀਓ ਦੇਖਦੇ ਨੇ ਉੱਥੇ? ਬਹੁਤ ਵਧੀਆ, ਤੁਹਾਡੀ ਮੂਵੀ ਵੇਖਨੇ ਆ, ਜਾਣਕਾਰੀਆਂ ਮਿਲੀ ਜਾਂਦੀਆਂ ਜੀ? ਹਾਂਜੀ। ਤੇ ਵਧੀਆ ਲੱਗਿਆ ਟਰੈਕਟਰ? ਬਹੁਤ ਵਧੀਆ ਟਰੈਕਟਰ, ਪ੍ਰਮਾਤਮਾ ਕਰੇ ਇਹਨਾਂ ਨੂੰ ਲੈਣਾ ਹੋਵੇ ਤੇ ਗਾਂ ਸਾਨੂੰ 4 ਬੰਦੇ ਇਹਨਾਂ ਤੋਂ ਜੁੜਨ, ਕਿਉਂ ਇਹੋ ਜਿਹਾ ਟਰੈਕਟਰ ਮੇਰੇ ਤੋਂ ਵੀ ਨਹੀਂ ਤਿਆਰ ਹੋਣਾ, ਜਿੰਨੀ ਰੀਝ ਲਾ ਕੇ ਜਿੰਨੀਆਂ ਬਿਕਰਮ ਦੀਆਂ ਮੂਵੀਆਂ ਉਹ ਵੀ ਵੇਖਣਾ। ਬਿਕਰਮ ਹੀ ਭਰਾ ਵੱਡਾ ਸਾਰਾ, ਉਹ ਬੈਂਕ 'ਚ ਲੱਗਾ। ਹਾਂ ਹਾਂ, ਫੋਨ ਜੁੰਦਾ ਕਰਿਆ ਬੰਦੇ ਨੇ, ਤੇਰੀ ਮੂਵੀ ਵੇਨੇ ਕਰਕੇ ਉਹਦਾ ਪਤਾ ਲੱਗਾ। ਹਾਂ ਜੀ, ਉਹ ਦੋ ਭਰਾ ਜੀ, ਸਾਰਾ ਪਤਾ ਤੁਹਾਨੂੰ, ਸਾਰੀਆਂ ਗੱਲਾਂ ਤੁਸੀਂ ਵੀਡੀਓ ਦੱਸਤੀਆਂ ਵੀ ਆਹ ਗੱਲਬਾਤ ਆ। ਤੇ ਆ ਅੰਕਲ ਹੁਣੀ ਸਗੋਂ ਕੰਟੇਨਰ ਹੀ ਲਿਆ ਸੀ, ਹੁਣ ਉਹਨੇ ਖੇਤ ਪਾਇਆ ਸ਼ਟਰ। ਹਾਂ ਜੀ ਹਾਂ, ਵੱਡਾ ਸ਼ਟਰ, ਉਹ ਵੀ ਮੂਵੀ ਉਹਦੀ ਵੇਖੀ ਸਾਰੇ NRI ਭਰਾ, ਕਿੰਨਾ ਕੁ ਇਹਨਾਂ ਨੂੰ ਦਿਲ ਹੁੰਦਾ ਹੋਵੇ, ਬਾਹਰੋਂ ਵੇਹਦੇ ਰਹਿੰਦੇ ਸਾਰੀਆਂ ਚੀਜ਼ਾਂ ਬੈਠੇ ਭਾਵੇਂ। ਉੱਥੇ ਪਰਿਵਾਰ ਭਾਜੀ ਫਿਰ ਸਾਰਾ? ਹਾਂਜੀ ਸਾਰਾ ਪਰਿਵਾਰ, ਕੁੜੀਆਂ ਸ਼ਫੇਦ। ਅੱਛਾ, ਟਰਾਲੇ ਉੱਥੇ ਗੱਡੀਆਂ ਦਾ ਕੰਮ? ਹਾਂਜੀ ਹਾਂਜੀ। ਤੇ ਆਉਣੇ ਆਏ ਸਾਲ ਆਉਣੇ ਫਿਰ? ਆਏ ਸਾਲ ਆਉਣੇ ਹੈ। ਹਾਂਜੀ, ਤੇ ਟਰੈਕਟਰ ਪਰਮਾਤਮਾ ਕਰੇ ਇਹਨਾਂ ਨੂੰ ਸਾਨੂੰ ਯਾਦ ਕਰਿਆ। ਕਿਉਂ ਮੂਰੇ ਕਿਵੇਂ ਆ ਲੱਗ ਗਿਆ ਟਰੈਕਟਰ ਮਾਈਆਂ ਨੂੰ? ਤੇ
ਲੈ ਕੇ ਚੱਲੇ ਹੁਣ ਇਹਨਾਂ ਨੇ ਵਿੱਚ ਸਵਾਰ ਕੇ ਪਾ ਲਿਓ ਟਰੈਕਟਰ ਤੁਹਾਨੂੰ ਦਿਖਾਉਣਾ ਤੇ ਬਾਕੀ ਪਰਮਾਤਮਾ ਤੇ ਵਧੀਆ ਖੋਲਣਾ ਚੀਜ਼ ਇਹਨਾਂ ਨੂੰ ਜਾ ਕੇ ਭਾਈਆਂ ਨੂੰ ਲੈਣਾ ਕਰੇ ਆਪਾਂ ਇਹ ਪੂਰੀ ਰੀਝ ਲਾ ਕੇ ਟਰੈਕਟਰ ਤਿਆਰ ਕਰਿਆ ਸੀ ਐਨ ਆਰ ਆਈ ਭਰਾਵਾਂ ਦਾ ਇੰਨਾ ਕੁ ਸਹਿਯੋਗ ਆ ਭਰਾ ਇੰਨਾ ਇਤਬਾਰ ਕਰਦੇ ਆ ਅਤੇ ਸਾਡਾ ਪਰਮਾਤਮਾ ਕਰੇ ਅੱਗੇ ਨੂੰ ਇਸ ਤਰ੍ਹਾਂ ਹੀ ਇਤਫਾਕ ਬਣਿਆ ਰਹੇ ਅਤੇ ਚੰਗਾ ਕੰਮ ਕਰਦੇ ਰਹੀਏ ਅਤੇ ਇਸ ਤਰ੍ਹਾਂ ਹੀ ਸੱਚ 'ਤੇ ਤੁਰੇ ਰਹੀਏ ਭਰਾ ਅਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅੰਕਲ ਹੋਣਾ ਨੂੰ ਵੀ ਅਤੇ ਵਧਾਈਆਂ ਦੇ ਦਿਓ ਜਿਨ੍ਹਾਂ ਨੇ ਟਰੈਕਟਰ ਲਿਆ ਭਾਅ ਜੀ ਹੁਣ ਇੱਥੇ ਐੱਟ ਲਾਉਣ ਦੀ ਤਾਂ ਨਹੀਂ ਲੋੜ ਇਹ ਮੋਗੇ ਜ਼ਿਲ੍ਹੇ ਤੋਂ ਆ ਬਾਈ ਅਤੇ ਪਿੰਡ ਵੀ ਬਾਈਆਂ ਨੇ ਦੱਸਤਾ ਇੱਧਰ ਲਾ ਵੀ ਅਤੇ ਜਿੱਥੋਂ ਆਏ ਆ ਸਾਰਾ ਤੁਹਾਨੂੰ ਪਿੰਡ ਦਾ ਵੀ ਦੱਸਤਾ ਅਤੇ ਵਿਹਾਉਣਾ ਪਿੰਡ ਉਹ ਗੱਡੀ ਸੀ ਨਾਲ ਸਗੋਂ ਉਹ ਗੱਡੀ ਖੜ੍ਹੀ ਅੱਗੇ ਬਾਈ ਉੱਥੋਂ ਨਾਲ ਗੱਡੀ 'ਤੇ ਆਏ ਨਾਲ ਮੋਹਰੇ ਲਾ ਕੇ ਮੈਂ ਤਾਂ ਕਿਹਾ ਸੀ ਤਰ ਤੋਰ ਕੇ ਭੇਜਦੇ ਟਰੈਕਟਰ ਨਹੀਂ ਕਹਿੰਦੇ ਵੀ ਲੰਦ ਕੇ ਲੈ ਜਾਣਾ ਸਗੋਂ ਆਇਆ ਪੂਰਾ ਪੂਰਾ ਹੀ ਆ ਆ ਬੰਪਰ ਲੱਗ ਗਿਆ ਅੱਗੇ ਅਤੇ ਮੈਨੂੰ ਨਹੀਂ ਲੱਗਦਾ ਵੀ ਟਰੈਕਟਰ ਆ ਜੂਗਾ ਪਰ ਆਇਆ ਪੂਰਾ ਪੂਰਾ ਟਰੈਕਟਰ ਆ ਗਿਆ ਟਰੈਕਟਰ ਅਤੇ ਚਾਬੀਆਂ ਦੇ ਦਿੱਤੀਆਂ ਮੈਂ ਨਾਲ ਦੋਨੇ ਓਕੇ ਓਕੇ ਪੂਰਾ ਕੰਮ ਜਾਣਦੇ ਆ ਤਾਂ ਪੂਰਾ ਜਿਹੜਾ ਐ ਨਹੀਂ ਵੀ ਇਹ ਐਨ ਆਰ ਆਈ ਆ ਤਾਂ ਫਿਰ ਗੱਡੀਆਂ 'ਚ ਬੈਠੇ ਰਹਿਣਾ ਕਦੇ ਉੱਥੇ ਵੀ ਆਪੇ ਕੰਮ ਕਰਦੇ ਸਰ ਸਾਡਾ ਹੀ ਨਾਂ ਹੋਣਾ ਜੀ ਜਦੋਂ ਚੀਜ਼ ਜਾਣੀ ਆ ਦੇਖੋ ਕਰਨ ਵਾਲਾ ਪਰਮਾਤਮਾ ਨਾਂ ਸਾਡਾ ਹੋ ਜਾਣਾ ਪੂਰਾ ਹੀ ਰਸੇ ਰੁਸੇ ਆ ਵੀ ਭਾਵਾਂ ਪਾ ਦਿਓ ਮੋਟਾ ਹੈ ਸਵਾਰ ਕੇ ਇਹ ਵੀ ਪਾ ਦੇ ਹੁਕਨਾ ਹੁਕਨਾ ਕਰਕੇ ਪਾ ਦੀ ਭਾਵਾਂ ਛੱਡ ਦੇ।